ਕਲਰ ਸਦਨ ਚ ਇਕ ਛੋਟੀ ਜਿਹੀ ਬਸਤੀ ਏਜੀਵੀ ਹੈ ਜਿੱਥਾਂ ਇਕ ਬੰਦੇ ਲੱਖ ਰੁਪਏ ਦੇ ਨਾਯਾਬ ਕਬੂਤਰ ਪਾਲੇ ਹੋਏ। ਕਲਰ ਸਦਨ ਦੀ ਬਸਤੀ ਮੋੜਾ ਸਲਿਆਲ ਦੇ ਵਾਸੀ ਚੌਧਰੀ ਉਬੈਦ ਅਖਤਰ ਆਪਣੇ ਫਾਰਮ ਹਾਊਸ ਚ ਲੱਖ ਰੁਪਏ ਦੇ ਨਾਯਾਬ ਕਬੂਤਰ ਪਾਲੇ ਹੋਏ। ਇਨ੍ਹਾਂ ਕਬੂਤਰਾਂ ਚ ਡਿਚ ਪਾਮੋਰੀਅਨ, ਨਾਰਵਿਚ ਇੰਗਲਿਸ਼ ਪੋਇਰ, ਜਰਮਨ ਬਿਊਟੀ, ਮੈਗਪਾਈ, ਮਾਲਟੀਜ਼, ਜੈਕੋਬਿਨ ਤੇ ਵੀ ਨਾਯਾਬ ਨਸਲਾਂ ਦੇ ਕਬੂਤਰ ਸ਼ਾਮਲ ਹਨ। ਉਬੈਦ ਅਖਤਰ ਆਪਣਾ ਸਾਰਾ ਦਿਨ ਇਨ੍ਹਾਂ ਕਬੂਤਰਾਂ ਦੀ ਦੇਖਭਾਲ ਚ ਗੁਜ਼ਰਦੇ। ਇਨ੍ਹਾਂ ਕਬੂਤਰਾਂ ਕੋ ਖਾਸ ਕਿਸਮ ਦੀ ਖੁਰਾਕ ਆਪਣੇ ਹੱਥਾਂ ਨਾਲ ਕਰਦੇ ਨੇ। ਚੌਧਰੀ ਉਬੈਦ ਅਖਤਰ ਦਾ ਆਖਣਾ ਜੋ ਉਹ ਇਨ੍ਹਾਂ ਕਬੂਤਰਾਂ ਕੋ ਆਪਣੇ ਬਾਲਾਂ ਦੇ ਪਿਆਰ ਕਰਨ ਤੇ ਕੋਈ ਕਬੂਤਰ ਬਿਮਾਰ ਥੀ ਬਣੇ ਤਾਂ ਉਹ ਉਹਦਾ ਇਲਾਜ ਵੀ ਕਰਵੇ ਦੇ। ਮੇਰਾ ਸ਼ੌਕ ਹੈ, ਬਚਪਨ ਸੇ ਮੈਂ ਸ਼ੌਕ ਕਰ ਰਹਾ ਹੂੰ। ਮੈਂ ਇਨਕੀ ਹਿਫਾਜ਼ਤ ਆਪਣੇ ਬੱਚੋਂ ਕੀ ਤਰ੍ਹਾਂ ਕਰਤਾ ਹੂੰ। ਦਾਣੇ ਡਾਲਤਾ ਹੂੰ, ਮੁਖਤਲਿਫ ਕਿਸਮ ਕੇ ਇਕਸਾਮ ਕੇ ਦਾਣੇ ਹੋਤੇ ਹੈ, ਇਸਮੇ ਕਮ ਸੇ ਕਮ 20 ਸੇ 30 ਕਿਸਮ ਕਾ ਅਨਾਜ ਹੋਤੇ ਹੈ, ਵੋ ਡਾਲਤਾ ਹੂੰ। ਇਸਕੇ ਇਲਾਵਾ ਅਗਰ ਕੋਈ ਪਰਿੰਦਾ ਬਿਮਾਰ ਹੋ ਜਾਏ, ਇਸਕੇ ਲੀਏ ਸਪੈਸ਼ਲ ਸੇ ਡਾਕਟਰ ਕੇ ਪਾਸ ਲੈ ਕੇ ਜਾਤਾ ਹੂੰ, ਇਸਕਾ ਇਲਾਜ ਕਰਤਾ ਹੂੰ। ਉਹਦਾ ਆਖਾ ਜੋ ਉਹ ਬਹੁ ਮਿਹਨਤ ਨਾਲ ਇਹ ਨਾਯਾਬ ਕਬੂਤਰ ਜਮਾ ਕੀਤੇ ਹਨ। ਮੁਝੇ ਬਚਪਨ ਸੇ ਪਰਿੰਦੂ ਕਾ ਸ਼ੌਕ ਹੈ, ਮੁਝੇ ਜਹਾਂ ਸੇ ਵੀ ਅੱਛੇ ਪਰਿੰਦੇ ਇੰਪੋਰਟਡ ਮਿਲਤੇ ਹੈ, ਵੋ ਦੁਨੀਆ ਭਰ ਸੇ ਅੱਛੇ ਮੈਂ ਲੈ ਲੇਤਾ ਹੂੰ। ਇਸ ਵਕਤ ਮੇਰੇ ਪਾਸ ਕਮ ਸੇ ਕਮ 50 ਸੇ ਜ਼ਿਆਦਾ ਨਸਲ ਕੇ ਇੰਪੋਰਟਡ ਕਬੂਤਰ ਹੈ। ਚੌਧਰੀ ਉਬੈਦ ਅਖਤਰ ਦੇ ਫਾਰਮ ਹਾਊਸ ਚ ਰੱਖੇ ਗਏ ਕਬੂਤਰਾਂ ਇਲਾਕੇ ਦੇ ਵਾਸੀਆਂ ਤੇ ਜਾਦੂ ਕਰਦੇ ਤੇ ਪਰੇ ਪਰੇ ਤੋਂ ਲੋਕ ਇਨ੍ਹਾਂ ਕਬੂਤਰਾਂ ਕੋ ਦੇਖਣਾ ਹਨ।